ਵੀਰਸ ਬ੍ਰੇਕ ਤੁਹਾਡਾ ਸਵਾਗਤ ਹੈ ਜੀ ਡਾਕਟਰ ਸਾਹਿਬ ਸਾਡੇ ਅਗਲਾ ਮੈਸੇਜ ਸੈਟਲ ਤੋਂ ਵੀਰ ਹਰਸ਼ਿੰਦਰ ਸਿੰਘ ਤਲੌਂਜੀ ਦਾ ਹੈ ਇਹ ਕਹਿੰਦੇ ਹਨ ਡਾਕਟਰ ਸਾਹਿਬ ਤੁਹਾਨੂੰ 2 ਹਫ਼ਤੇ ਪਹਿਲਾਂ ਐਤਵਾਰ ਸੈਟਲ ਗੁਰਦੁਆਰਾ ਸਾਹਿਬ ਦੇ ਦੀਵਾਨ ਵਿੱਚ ਸੁਣਿਆ ਮਨ ਅਸ਼ੋਕ ਕਾਰ ਉਠਿਆ ਮੇਰੀ ਉਮਰ 75 ਸਾਲ ਦੀ ਹੈ ਅਤੇ ਮੈਂ ਤੁਹਾਨੂੰ ਦੀਵਾਨ ਤੋਂ ਬਾਅਦ ਲੰਗਰ ਹਾਲ ਵਿੱਚ ਮਿਲਿਆ ਪਰ ਖੁੱਲਕੇ ਵਿਚਾਰਾਂ ਨਹੀਂ ਹੋ ਸਕੀਆਂ ਮੈਂ ਸਾਰੀ ਜ਼ਿੰਦਗੀ ਬੜੀਆਂ-ਬੜੀਆਂ ਸਖਸ਼ੀਤਾ ਨੂੰ ਮਿਲਿਆ ਪਰ ਤੁਹਾਡੇ ਜਿੱਡੀ ਨਿਮਰਤਾ ਹਲੀਮੀ ਤੇ ਵਿਦਵਤਾ ਕਿਸੇ ਹੋਰ ਵਿੱਚ ਨਹੀਂ ਵੇਖੀ। ਤੁਹਾਨੂੰ ਬੋਲਦਿਆਂ ਸੁਣ ਕੇ ਮੈਨੂੰ ਸਰਦਾਰ ਕਪੂਰ ਸਿੰਘ ਦਾ ਤੁਹਾਡੇ ਵਿੱਚ ਝਲਕਾ ਨਜ਼ਰ ਆਇਆ। ਜਿਨ੍ਹਾਂ ਦਾ ਪਿੰਡ ਸਾਡੇ ਪਿੰਡ ਦੇ ਨੇੜੇ ਹੀ ਸੀ। ਮੈਂ ਖੁਦ ਵੀ ਲਿਖਾਰੀ ਹਾਂ ਅਤੇ ਆੜ-ਆੜ ਅਖਬਾਰਾਂ, ਰਸਾਲਿਆਂ ਨਾਲ ਜੁੜਿਆ ਰਹੀ ਹਾਂ। ਅੱਜ ਸਾਡੀ ਕੌਮ ਦੀ ਹਾਲਤ ਤਾਂ ਬਹੁਤ ਪਤਲੀ ਹੈ ਪਰ ਤੁਹਾਨੂੰ ਸੁਣ ਕੇ ਮਿਲ ਕੇ ਇੱਕ ਆਸ ਵੱਜੀ ਹੈ ਕਿ ਸਤਿਗੁਰੂ ਕੌਮ ਤੇ ਨਿਗਾਹਬਾਨ ਹਨ। ਗੁਰੂ ਤੁਹਾਨੂੰ ਬਹੁਤ ਲੰਬੀ ਤੇ ਪਰਸੰਨ ਉਮਰ ਬਖਸ਼ਣ ਜੀ ਦਰਸਾ। ਸਰ ਹਰਿਸ਼ਦਰ ਸਿੰਘ ਜੀ ਤੁਹਾਨੂੰ واجی ਦਾ ਬਹੁਤ ਬਹੁਤ ਧੰਨਵਾਦ ਉਹਨਾਂ ਨੇ ਜਦੋਂ ਦੋ ਹਫ਼ਤੇ ਲਿਖਿਆ ਐ ਸੋ ਉਹਨਾਂ ਨੇ ਜਦੋਂ ਲਿਖੀ ਐ ਇਹ ਲਿਖਤ ਉਦੋਂ ਟਾਈਮ ਸੇ ਹੁਣ ਤਾਂ ਸ਼ਾਇਦ 4 ਹਫ਼ਤੇ ਹੋ ਗਏ ਕਿਉਂਕਿ ਅਸੀਂ ਪਿਛਲੇ ਸਮੇਂ 'ਚ ਈਮੇਲ ਉਹਨਾਂ ਦੀ ਲਿਖਤ ਇਨਕਲੂਡ ਨਹੀਂ ਕਰ ਸਕੇ ਜੀ ਇਹਨਾਂ ਨੇ ਬੇਸ਼ੱਕ ਬਰੀਫ ਹੀ ਮਿਲੇ ਲੰਗਰ ਹਾਲ ਦੇ ਵਿੱਚ ਪਰ ਮੈਨੂੰ ਵੀ ਮਿਲ ਕੇ ਇਹਨਾਂ ਨੂੰ ਖੁਸ਼ੀ ਹੋਈ ਜੀ ਕਿਉਂਕਿ ਪੰਜਾਬ ਦੇ ਹਾਲਾਤ ਚ ਖਾਸ ਤੌਰ ਤੇ ਇੱਕ ਬੜੇ ਉੱਗੇ ਪੱਤਰਕਾਰ ਜਿਹੜੇ ਰਹੇ ਨੇ ਜਿਨਾਂ ਨੂੰ ਟ੍ਰਿਬਿਊਨ ਅਖਬਾਰ ਨੇ ਸ਼ੰਟ ਕਰ ਦਿੱਤਾ ਫਿਰ ਉਹ ਥੋੜੀ ਦੇਰ ਉਹਨਾਂ ਨੇ ਹੋਰ ਰਸਾਲਾ ਕੱਢਿਆ ਉਹਨਾਂ ਦੇ ਕਰੀਬੀ ਰਿਸ਼ਤੇਦਾਰ ਵੀ ਸਨ ਔਰ ਪੰਜਾਬ ਦੇ ਅੰਦਰੂਨੀ ਹਾਲਾਤ ਤੋਂ ਇਲਾਵਾ ਜਿਹੜੇ ਪੱਤਰਕਾਰਤਾ ਨਾਲ ਜੁੜੇ ਹੋਏ ਬਹੁਤ ਸਾਰੇ ਹੋਰ ਭੇਤ ਨੇ ਉਹਨਾਂ ਤੋਂ ਵੀ ਜਾਣੂ ਸਨ ਜ਼ਿਆਦਾ ਗੱਲਬਾਤ ਤਾਂ ਨਹੀਂ ਹੋਈ ਜੀ ਉਹਨਾਂ ਨੂੰ ਚੰਗਾ ਲੱਗਾ ਮੈਨੂੰ ਖੁਸ਼ੀ ਹੈ ਵੀ ਜਦੋਂ ਵੀ ਕੋਈ ਸਾਡੀ ਉਸ ਜਨਰੇਸ਼ਨ ਦਾ ਬਜ਼ੁਰਗ ਪੰਜਾਬ ਦੇ ਹਾਲਾਤ ਨੂੰ ਜਿਨੇ ਪਿਛਲੇ ਪੀਰੀਅਡਸ ਵੀ ਦੇਖਿਆ 47 ਤੋਂ ਪਹਿਲਾਂ ਦਾ ਵੀ ਥੋੜਾ ਬਹੁਤ ਐਕਸਪੋਜ਼ਰ ਹੋਏ ਔਰ ਬਾਅਦ ਦੇ ਵਿੱਚ ਤੁਸੀਂ ਲਗਾਤਾਰਤਾ ਨਾਲ 1950ਆਂ ਤੋਂ ਹਾਲਾਤ ਕਿਸ ਪੜਾਚੋਂ ਗੁਜ਼ਰੇ ਉਹਨਾਂ ਨੂੰ ਦੇਖਿਆ ਔਰ ਫਿਰ ਵੀ ਤੁਸੀਂ ਇਸ ਗੱਲ ਦੇ ਉੱਤੇ ਦ੍ਰਿੜਤਾ ਦੇ ਨਾਲ ਖਲੋਤੇ ਹੋ ਕਿ ਸਿੱਖਾਂ ਦਾ ਆਪਣਾ ਘਰ ਖਾਲਸਤਾਨ ਬਣਾਏ ਬਿਨਾ ਸਿੱਖਾਂ ਕੋਲ ਕੋਈ ਚੁਆਇਸ ਨਹੀਂ ਹੈ ਸੋ ਇਹ ਸਾਰੇ ਜਿਹੜੀ ਕੈਟਾਗਰੀ ਹੈ ਜਾਂ ਇਹ ਸ਼੍ਰੇਣੀ ਹੈ ਇਹ ਮੇਰੇ ਲਈ ਬਹੁਤ ਪ੍ਰੇਰਣਾ ਸਰੋਤ ਹੁੰਦੇ ਨੇ ਜੀ ਉਹਨਾਂ ਨੇ ਸਰਕਪੂਰ ਸਿੰਘ ਨਾਲ ਸਾਨੂੰ ਜਿਹੜਾ ਹੈ ਉਹ ਕੰਪੇਅਰ ਕਰਨ ਦਾ ਯਤਨ ਕੀਤਾ ਹੈ ਇਹ ਤਾਂ ਅਗੇਨ ਸੂਰਜ ਨੂੰ ਦੀਵਾ ਦਿਖਾਣ ਵਾਲੀ ਗੱਲ ਹੈ ਜੀ ਸਰਕਪੂਰ ਸਿੰਘ ਬਹੁਤ ਵੱਡੇ ਸਾਡੇ 20ਵੀਂ ਸਦੀ ਦੇ ਫਿਲਾਸਫਰ ਲੇਖਕ ਔਰ ਜਿਹੜੇ ਸੱਚ ਨੂੰ ਸੱਚ ਕਹਿਣ ਦੀ ਜ਼ਰਤ ਰੱਖਣ ਵਾਲੇ ਸਰਦਾਰ ਹੋਏ ਨੇ ਉਹ ਆਪਣੇ ਨਾਂ ਨਾਲ ਲਿਖਦੇ ਵੀ ਸਰਦਾਰ ਸੀ ਸਿਰ ਦੇਣ ਵਾਲਾ ਜਿਹੜਾ ਕਿ ਦਾਰ ਫਾਰਸੀ ਦੇ ਵਿੱਚ ਸੂਲੀ ਨੂੰ ਵੀ ਕਹਿੰਦੇ ਨੇ ਔਰ ਜਦੋਂ ਅੱਜ ਅਸੀਂ ਸਾਰੇ ਨਿੱਕੇ ਮੋٹے ਆਪਣੇ ਆਪ ਨੂੰ ਸਰਦਾਰ ਕੋ ਹੁੰਦੇ ਤੇ ਮੇਰਾ ਖਿਆਲ ਹੈ ਵੀ ਅਸੀਂ ਕਿੰਨੇ ਕਹ ਜਿਹੜੇ ਜਦੋਂ ਜੇ ਸੂਲੀ ਦੀ ਪਰਖ ਆਏ ਮੌਤ ਦਾ ਟੈਸਟ ਆਏ ਜੀ ਤੇ ਅਸੀਂ ਉਹਦੇ ਵਿੱਚ ਕਿੰਨੇ ਕ ਪਾਸ ਹੋ ਸਕਾਂਗੇ ਖਲੋ ਸਕਾਂਗੇ ਸਰਕਪੂਰ ਸਿੰਘ ਔਰ ਕੁਦਰਤੀ ਅੱਜ ਦੇ ਦਿਨ ਦੀ ਜਦੋਂ ਮੈਂ ਰਿਸਰਚ ਕਰ ਰਿਹਾ ਸੀ ਤੇ ਅੱਜ ਹੀ ਉਹ ਦਿਨ ਹੈ ਜਦੋਂ ਕਿ 1959 ਦੇ ਵਿੱਚ ਸ਼ਾਇਦ ਮੈਂ ਮਾਰਕ ਕੀਤਾ ਹੋਇਆ ਜੀ ਸਰਕਪੂਰ ਸਿੰਘ ਹੋਰਾਂ ਨੂੰ ਸਸਪੈਂਡ ਕੀਤਾ ਗਿਆ ਸੀ ਡਿਸਟ੍ਰਿਕਟ ਹੁਸ਼ਿਆਰਪੁਰ ਤੋਂ ਆਈसीएस ਹੁਣ ਦੇ ਰਾਤ ਡਿਪਟੀ ਕਮਿਸ਼ਨਰ ਸਨ ਉਹ ਚੰਦਪਾਰ ਗਵਦੀ ਉਦੋਂ ਸਰਕਾਰ ਸੀ ਪੰਜਾਬ ਦੇ ਵਿੱਚ ਔਰ ਉਸ ਤੋਂ ਪਹਿਲਾਂ ਡਿਸਟ੍ਰਿਕਟ ਆਂਗੜਾ ਦੇ ਡਿਪਟੀ ਕਮਿਸ਼ਨਰ ਰਹੇ ਔਰ ਜਦੋਂ ਉਹਨਾਂ ਨੇ اپੋਜ਼ ਕੀਤਾ ਇਸ ਗੱਲ ਨੂੰ ਕਿ ਸਿੱਖਾਂ ਨੂੰ ਜ਼ਰਾਇਮ ਪੇਸ਼ਾ ਕਬੀਲਾ ਐਲਾਨਣ ਵਾਲਾ ਜਿਹੜਾ ਸਰਕੂਲਰ ਨਹਿਰੂ ਨੇ ਇਸ ਕੋਪੀ ਚੰਦਪਾਰਗ ਚੰਦੂ لال ਤ੍ਰिवेदी ਪੰਜਾਬ ਦਾ ਗਵਰਨਰ ਪਟੇਲ ਹੋਮ ਮਿਨਿਸਟਰ ਕੱਢਿਆ ਜੀ ਕਿ ਸਿਕ ਸਾਰੇ ਕ੍ਰਿਮੀਨਲ ਟ੍ਰਾਈਬ ਐਂਡ ਮੈਨਜ ਟੂ ਦਾ ਲਾ ਬਾਈਂਡਿੰਗ ਹਿੰਦੂਸ ਤੇ ਸਰਖਪੂਰ ਸਿੰਘ ਨੇ ਕਾਂਗੜਾ ਦਾ ਡਿਪਟੀ ਕਮਿਸ਼ਨਰ ਹੁੰਦੇ ਆ ਇਸ ਨੂੰ ਅਪੋਜ਼ ਕੀਤਾ ਵਿਰੋਧ ਕੀਤਾ ਨਤੀਜੇ ਦੇ ਤੌਰ ਤੇ ਕਾਂਗੜਾ ਜ਼ਿਲ੍ਹੇ ਚ ਕੋਈ ਗ੍ਰਾਂਟ ਵਗੈਰਾ ਨੂੰ ਕਿਉਂਕਿ ਜਿਹੜੇ ਰਿਫਿਊਜੀ ਆਏ 47 ਦੇ ਉਹ ਸਾਰੇ ਦੌਰ ਚ ਤਕਲੀਫ ਸਰਕਾਰ ਨੂੰ ਕਈ ਪਾਸਿਓਂ ਸੀ ਜੀ ਆ ਜਿਹੜੇ ਹਿੰਦੂਤਵੀਆਂ ਨੂੰ ਕਿਉਂਕਿ ਉਹਨਾਂ ਨੇ ਕਾਂਗੜਾ ਜ਼ਿਲ੍ਹੇ ਦੇ ਵਿੱਚ ਜਿੰਨੇ ਮੁਸਲਮਾਨ ਜਾਣਾ ਚਾਹੁੰਦੇ ਸਨ ਪਾਕਿਸਤਾਨ ਲੱਗ ਪਰ ਸਾਰੇ ਹੀ ਗਏ ਥੋੜੇ ਬਹੁਤ ਨੂੰ ਛੱਡ ਕੇ ਜਿਹੜੇ ਮਸੀਤਾਂ ਚ ਕੁਝ ਇੱਕ ਦੋ ਰਹਿ ਜਾਂਦੇ ਸੀ ਪਰਵਾਹ ਜੀ ਉਹਨਾਂ ਨੂੰ ਬਿਲਕੁਲ ਸੇਫਲੀ ਵੱਡੇ ਕਾਫਲਿਆਂ ਦੇ ਰੂਪ ਦੇ ਵਿੱਚ ਸੇਫਟੀ ਕੈਂਪਾਂ ਦੇ ਵਿੱਚ ਪਹੁੰਚਾਇਆ ਔਰ ਇਸ ਗੱਲ ਦੇ ਵੀ ਉਹਨਾਂ ਨੂੰ ਬੜੀ ਤਕਲੀਫ ਸੀ ਕਿ ਸਾਨੂੰ ਲੁੱਟਣ ਨਹੀਂ ਦਿੱਤਾ ਔਰ ਮਾਰਨ ਨਹੀਂ ਦਿੱਤਾ ਲੇਕਿਨ ਇਹ ਗੱਲ ਫਾਈਨਲ ਟ੍ਰਿਗਰਿੰਗ ਪੁਆਇੰਟ ਬਣੀ ਜਰਾਇਮ ਪੇਸ਼ਾ ਕਬੀਲਾ ਵਾੜਿਆ ਜਿਹੜਾ ਸਰਕੂਲਰ ਹੈ ਉਹਨੂੰ ਉਹਦਾ ਵਿਰੋਧ ਕੀਤਾ ਉਹਨਾਂ ਨੇ ਜੀ ਤੇ ਉੱਥੋਂ ਪਹਿਲਾਂ ਤਾਂ ਉਹਨਾਂ ਨੇ ਉਹਨੂੰ ਟ੍ਰਾਂਸਫਰ ਕਰ ਦਿੱਤਾ ਕਾਂਗੜੇ ਤੋਂ ਹੁਸ਼ਿਆਰਪੁਰ ਔਰ ਹੁਸ਼ਿਆਰਪੁਰ ਚ ਹੁੰਦਿਆਂ ਹੀ ਫਿਰ ਪਿੱਛੋਂ ਉਹਨਾਂ ਨੇ ਆਪਣੇ ਜਾਲੀ ਕਿਸਮ ਦੇ ਗਵਾਹ ਖੜੇ ਕਰਕੇ ਇਹਨਾਂ ਦੇ ਖਿਲਾਫ ਕੇਸ ਕਰਪਸ਼ਨ ਦੇ ਬਣਾਏ ਔਰ ਅੱਜ ਦੇ ਦਿਨ ਹੀ ਉਹਨਾਂ ਨੂੰ ਜਿਹੜਾ ਹੈ ਉਹ ਹੁਸ਼ਿਆਰਪੁਰ ਜ਼ਿਲ੍ਹੇ ਚੋਂ ਸਸਪੈਂਡ ਕੀਤਾ ਗਿਆ ਡੀਸੀ ਦੇ ਅਹੁਦੇ ਤੋਂ ਬਾਅਦ ਦੇ ਵਿੱਚ ਉਹ ਇਸ ਨੂੰ ਕੋਰਟ ਚ ਲੈ ਗਏ ਸ਼ਿਮਲਾ ਚ ਪੰਜਾਬ ਉਹ ਹਾਈ ਕੋਰਟ ਹੁੰਦੀ ਸੀ ਉਦੋਂ ਲਾਹੌਰ ਤੋਂ ਬਾਅਦ ਉਹ ਰਾਜਧਾਨੀ ਵੀ ਕੁਝ ਦਿਨ Shimla ਸੀ ਉੱਥੇ ਵੀ ਉਹਨਾਂ ਦੇ ਪੱਲੇ ਕੁਝ ਨਹੀਂ ਪਿਆ ਕਿਉਂਕਿ Nehru ਔਰ Patel Patel ਤਾਂ ਥੋੜੀ ਦੇਰ ਬਾਅਦ ਮਰ ਮੁੜ ਗਿਆ ਪਰ Nehru ਜਿਹੜਾ ਉਹ ਡਿਟਰਮਿੰਡ ਸੀ ਕਿ ਵੀ ਇਹਨਾਂ ਨੂੰ ਹੁਣ ਬਹਾਲ ਨਹੀਂ ਹੋਣ ਦੇਣਾ ਉਹ ਕੇਸ ਨੂੰ ਸੁਪਰੀਮ ਕੋਰਟ ਤੱਕ ਲੈ ਕੇ ਗਏ ਸੁਪਰੀਮ ਕੋਰਟ 'ਚ ਵੀ ਉਹੀ ਹੋਇਆ ਜਿਸ ਤੋਂ ਸਾਰ ਕਪੂਰ ਸਿੰਘ ਨੇ ਫਾਈਨਲੀ ਸਾਚੀ ਸਾਖੀ ਦੇ ਵਿੱਚ ਜਿਹੜਾ ਸਾਰਾ ਵੇਰਵਾ ਲਿਖਿਆ ਤੇ ਉਦੋਂ ਫਿਰ ਉਹਨਾਂ ਨੇ ਇਹ ਕਿਹਾ ਕਿ ਮੁਲਕ ਹਿੰਦੂ ਦਾ ਰਾਜ ਤਿਕੜੀ ਦਾ ਗੁਰੂ ਰਾਖਾ ਭਾਈ ਸਖੜੇ ਜੀ ਲੇਕਿਨ ਇਸ ਸਾਰੇ ਚੋਂ ਨਿਕਲਣ ਤੋਂ ਬਾਅਦ ਸਰ ਕਪੂਰ ਸਿੰਘ ਹੋਰਾਂ ਨੇ ਜਿਹੜੀ ਪੰਥ ਦੇ ਪੜ ਦੇ ਵਿੱਚ ਸਾਹਿਤ ਦੇ ਪੜ ਚ ਸੇਵਾ ਕੀਤੀ ਉਹਦੇ ਨਾਲ ਉਹ ਸਾਡੇ ਇਤਿਹਾਸ ਦੀ ਬਹੁਤ ਵੱਡੀ ਸ਼ਖਸੀਅਤ ਬਣ ਕੇ ਉਭਰੇ ਜੀ ਔਰ ਜਿਵੇਂ ਚੰਡੀਗੜ੍ਹ ਤੋਂ ਸਰ ਗੁਰਤੇਜ ਸਿੰਘ ਇੱਕ ਪ੍ਰੋਗਰਾਮ ਦੇ ਵਿੱਚ ਜਦੋਂ ਉਹਨਾਂ ਨੂੰ ਟ੍ਰਿਬਿਊਟ ਦੇ ਰਹੇ ਸੀ ਤਾਂ ਉਹਨਾਂ ਨੇ ਕਿਹਾ ਕਿ ਵੀ ਜਿੱਥੇ ਪੰਜ ਪਿਆਰੇ ਵਿਸਾਖੀ ਨੂੰ ਗੁਰੂ ਸਾਹਿਬ ਨੇ ਸਾਜੇ ਖਾਲਸਾ ਪੰਥ ਦੇ ਰੂਪ ਉੱਥੇ ਜੇ ਅਸੀਂ ਆਪਣੇ ਇਤਿਹਾਸ ਦੇ ਲਿਟਰਰੀ ਹਵਾਲੇ ਨਾਲ ਇਤਿਹਾਸ ਦੇ ਹਵਾਲੇ ਨਾਲ ਸਾਹਿਤ ਦੇ ਹਵਾਲੇ ਨਾਲ ਫਿਲਾਸਫੀ ਦੇ ਹਵਾਲੇ ਨਾਲ ਪੰਜ ਪਿਆਰੇ ਕਹਿਣੇ ਹੋਣ ਜਿਨ੍ਹਾਂ ਨੇ ਗੁਰੂ ਦੇ ਪਿਆਰ ਦੇ ਵਿੱਚ ਆਪਸ ਸਮਰਪਣ ਕੀਤਾ ਤੇ ਉਹਨਾਂ ਚ ਪਹਿਲੇ ਭਾਈ ਗੁਰਦਾਸ ਜੀ ਨੇ ਫੇਰ ਚੂੜਾਮਣੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਜਿਨ੍ਹਾਂ ਨੇ ਗੁਰਪ੍ਰਤਾਪ ਸੂਰਜ ਗ੍ਰੰਥ ਲਿਖਿਆ ਜੀ ਫੇਰ ਪ੍ਰੋਫੈਸਰ ਪੂਰਨ ਸਿੰਘ ਨੇ ਜਿਨ੍ਹਾਂ ਨੇ ਮਿਸਟਿਕ ਵਰਲਡ ਦੀਆਂ ਬੁਲੰਦੀਆਂ ਨੂੰ ਛੋਇਆ ਫਿਰ ਸਰਦਾਰ ਕਪੂਰ ਸਿੰਘ ਨੇ ਤੇ ਸਰਦਾਰ ਹਰਿੰਦਰ ਸਿੰਘ ਮਹਿਬੂਬ ਨੇ ਸੋ ਇਹਨਾਂ ਚੋਂ ਅਸੀਂ ਖੁਸ਼ਕਿਸਮਤ ਆਏ ਕਿ ਜੇ ਇਹਨਾਂ ਪੰਜਾਂ ਦੇ ਹਵਾਲੇ ਨਾਲ ਹੀ ਗੱਲ ਕਰੀਏ ਤੇ ਇਹਨਾਂ ਚੋਂ ਤਿੰਨ ਸ਼ਖਸੀਅਤਾਂ ਜਿਹੜੀਆਂ ਨੇ ਸਾਡੇ 20ਵੀਂ ਸਦੀ ਦੇ ਪੰਜਾਬ ਵਿੱਚ ਹੋਈਆਂ ਪ੍ਰੋਫੈਸਰ ਪੂਰਨ ਸਿੰਘ ਸਰ ਹਰਿੰਦਰ ਸਿੰਘ ਮਹਿਬੂਬ ਔਰ ਸਰ ਕਪੂਰ ਸਿੰਘ ਸੋ ਜਿੱਥੇ ਪ੍ਰੋਫੈਸਰ ਮਹਿਬੂਬ ਔਰ ਪ੍ਰੋਫੈਸਰ ਪੂਰਨ ਸਿੰਘ ਬਹੁਤ ਜ਼ਿਆਦਾ ਲਿਟਰੇਚਰ ਦੇ ਫੀਲਡਸ ਮਿਸਟਿਕ ਰਹੱਸਵਾਦ ਦੀ ਦੁਨੀਆ 'ਚ ਗਏ ਉਥੇ ਸਰ ਕਪੂਰ ਸਿੰਘ ਨੇ ਇਤਿਹਾਸ ਦੇ ਨਾਲ ਨਾਲ ਪੋਲਿਟਿਕਲ ਐਕਟਿਵਿਜ਼ਮ ਨੂੰ ਵੀ ਫੀਲਡ ਬਣਾਇਆ ਜੀ ਜਿਵੇਂ ਉਹਨਾਂ ਨੇ ਅਨੰਦਪੁਰ ਦਾ ਮਤਾ ਸਿੱਖ ਹੋਮਲੈਂਡ ਦਾ ਮਤਾ ਨਰਕਤਾਰੀਆਂ ਦੇ ਖਿਲਾਫ ਵਾਈਟ ਪੇਪਰ ਅਨੰਦਪੁਰ ਦੇ ਮਤ ਵੀ ਅਸੀਂ ਗੱਲ ਕੀਤੀ ਸੋ ਇਹ ਸਾਰੇ ਡਾਕੂਮੈਂਟ ਉਹਨਾਂ ਦੀ ਕਰਮਚੋਂ ਨਿਕਲੇ ਔਰ ਉਹਨਾਂ ਨੇ ਬੜੀ ਫੀਅਰਲੈਸਨਲੀ 5 ਸਾਲ ਭਾਰਤ ਦੀ ਪਾਰਲੀਮੈਂਟ ਦੇ ਵਿੱਚ ਵੀ ਰਿਪਰੈਜ਼ੈਂਟ ਕੀਤਾ ਸੋ ਮੈਂ ਜਦੋਂ ਉਹਨਾਂ ਨੇ ਸਰ ਕਪੂਰ ਸਿੰਘ ਨਾਲ ਤਸ਼ਵੀਰ ਦਿੱਤੀ ਹੈ ਤਾਂ ਮੈਂ ਦੇਖਦਾ ਹਾਂ ਵੀ ਅਸੀਂ ਤਾਂ ਉਹਨਾਂ ਦੇ ਮੁਕਾਬਲੇ ਕੁਝ ਵੀ ਨਹੀਂ ਹੈ ਹਾਂ ਇੰਨਾ ਕਿ ਮੈਂ ਜ਼ਰੂਰ ਉਹਨਾਂ ਦੇ ਸਕੂਲ ਆਫ ਥਾਟ ਦਾ ਵਿਦਿਆਰਥੀ ਹੋਣ ਦਾ ਮੈਨੂੰ ਮਾਣ ਜ਼ਰੂਰ ਹੈ ਜੀ ਔਰ ਉਹਨਾਂ ਦੇ ਨਾਲ ਜ਼ਿੰਦਗੀ ਦੇ ਅਖੀਰਲੇ ਆ ਮਹੀਨਿਆਂ ਦੇ ਵਿੱਚ ਮਿਲਣ ਦਾ ਵੀ ਮੌਕਾ ਮਿਲਿਆ ਸਾਡੇ ਪਿਤਾ ਜੀ ਨਾਲ ਉਹਨਾਂ ਦੇ ਬਹੁਤ ਨੇੜਲੇ ਦੋਸਤਾਨਾ ਸਬੰਧ ਸੀ ਜੀ ਔਰ ਉਦੀ ਬਦੌਲਤ ਉਹਨਾਂ ਦੀਆਂ ਲਿਖਤਾਂ ਵੀ ਕਿਉਂਕਿ ਉਹਨਾਂ ਦੀ ਖਤੋਖਤਾਬਤ ਵੀ ਸੀ ਉਸ ਸਮੇਂ ਦੇ ਵਿੱਚ ਉਹਨਾਂ ਦੇ ਖੱਤ ਪੜਦੇ ਪੜਦੇ ਹੀ ਮੈਂ ਬਚਪਨ ਤੋਂ ਜਿਹੜਾ ਜਵਾਨੀ ਵਾਲਾ ਹੈ ਸੋ ਉਹ ਪ੍ਰਭਾਵ ਮੇਰੇ ਮਨ 'ਚ ਹਮੇਸ਼ਾ ਹੀ ਸੀ ਉਹਨਾਂ ਦੀਆਂ ਲਿਖਤਾਂ ਦਾ ਔਰ ਫਿਰ ਜਦੋਂ ਆਪਣੀ ਇੰਡੀਪੈਂਡੈਂਟ ਸੋਚਣੀ ਸ਼ੁਰੂ ਹੋਈ ਫਿਰ ਉਹਨਾਂ ਨਾਲ ਮਿਲਣ ਦਾ ਸੁਭਾਅ ਵੀ ਹੋਇਆ ਔਰ ਅਸੀਂ ਸਮਝਦੇ ਹਾਂ ਵੀ ਜੇ ਅਸੀਂ ਇਸ ਪੀੜ੍ਹ ਦੇ ਵਿੱਚ ਤੁਰੇ ਤੇ ਇਸ ਦੇ ਵਿੱਚ ਬਹੁਤ ਵੱਡਾ ਰੋਲ ਜਿੱਥੇ ਤੁਹਾਡੀ ਮਾਤਾ ਪਿਤਾ ਦੀ ਇੱਕ ਪਰਵਰਿਸ਼ਤਾ ਹੁੰਦਾ ਹੈ ਕਿ ਉਹਨਾਂ ਨੇ ਤੁਹਾਨੂੰ ਸਿੱਖੀ ਵੈਲਿਊਜ਼ ਵੱਲ ਤੋਰਿਆ ਉਹਦੇ ਨਾਲ ਨਾਲ ਸਰ ਕਪੂਰ ਸਿੰਘ ਜੀ ਦੀਆਂ ਲਿਖਤਾਂ ਔਰ ਉਹਨਾਂ ਦੇ ਨਾਲ ਮਿਲਣ ਤੋਂ ਬਾਅਦ ਮੇਸ਼ਰ ਜਦੋਂ ਤੱਕ ਨਾ ਉਹਨਾਂ ਨੂੰ ਮਿਲੇ ਉਹ ਸਰੀਰਕ ਤੌਰ ਤੇ ਕਾਫੀ ਨਟਾਰਸ ਸਨ ਫਾਲਜ ਸੀ ਉਹਨਾਂ ਨੂੰ ਉਹਨਾਂ ਦੀ ਕਰੰਟ ਮੈਮਰੀ ਨਹੀਂ ਸੀ ਪਾਸਟ ਮੈਮਰੀ ਸੀ ਪਰ ਫਿਰ ਵੀ ਤੁਸੀਂ ਜਿਹੜਾ ਤੁਹਾਡਾ ਆਈਕਨ ਹੁੰਦਾ ਉਹਨੂੰ ਤੁਸੀਂ ਮਿਲਦੇ ਹੋ ਫਿਰ ਅਸੀਂ ਉਹਨਾਂ ਪਹਿਲਾਂ ਨੂੰ ਵੀ ਦੇਖਿਆ ਹੈ ਕਿਵੇਂ ਸਰਪੂਰ ਸਿੰਘ ਔਰ ਸੰਜਨੈਲ ਸਿੰਘ ਖਾਲਸਾ ਪਿੰਡਰਾ ਵਾਲੇ ਇੱਕ ਪਲੇਟਫਾਰਮ ਤੇ ਨੇ ਇੱਕ ਥਾਂ ਤੇ ਨੇ ਔਰ ਜਿਹੜਾ ਥਾਟ ਜਿਹਦੇ ਲਈ ਸਰ ਕਪੂਰ ਸਿੰਘ ਨੇ ਆਪਣੀ ਨੌਕਰੀ ਆਪਣਾ ਉਹ ਚੈਲੰਜ ਕੀਤਾ ਦਿੱਲੀ ਦੇ ਸਿਸਟਮ ਨੂੰ ਜੀ ਕਿਵੇਂ ਸੰਜਨ ਸਿੰਘ ਖਾਲਸਾ ਪਿੰਡਾ ਵਾਲਿਆਂ ਦੀ ਅਗਵਾਈ ਥੱਲੇ ਉਹ ਕਾਫਲਾ ਇੰਨਾ ਵੱਡਾ ਮਜ਼ਬੂਤ ਬਣਿਆ ਕਿ ਉਹਨਾਂ ਨੇ ਦਿੱਲੀ ਤਖਤ ਦੀਆਂ ਇੱਕ ਵਾਰੀ ਨੀਆਂ ਹਿਲਾ ਕੇ ਰੱਖ ਦਿੱਤੀ ਜੀ ਸੋ ਅਸੀਂ ਜਿਹੜਾ ਅੱਜ ਵੀ ਇਹ ਸੋਚਦੇ ਹਾਂ ਕਿ ਵੀ ਜਦੋਂ ਵੀ ਸਾਡਾ 21ਵੀਂ ਸਦੀ ਚ ਕੱਲਾ ਇਤਿਹਾਸ ਨਹੀਂ ਸਾਡਾ ਆਪਣਾ ਮੁਲਕ ਆਪਣਾ ਦੇਸ਼ ਹੋਏਗਾ ਤੇ ਇਸ 20ਵੀਂ ਸਦੀ ਦੇ ਵਿੱਚ ਸਰ ਕਪੂਰ ਸਿੰਘ ਦਾ ਰੁਤਬਾ ਉਹੀ ਹੋਏਗਾ ਜੋ ਪਾਕਿਸਤਾਨ ਦੇ ਅ ਵਿੱਚ ਅਲਾਮ ਇਕਬਾਲ ਦਾ ਇਸ ਇਕਬਾਲ ਨੇ ਥਾਟ ਦਿੱਤਾ ਹੈ ਔਰ ਇਨਸਪਾਇਰ ਕੀਤਾ ਕਾਇਦ ਆਜ਼ਮ ਮੁਹੰਮਦ ਅਲੀ ਜਨਾ ਨੂੰ ਲੀਡਰਸ਼ਿਪ ਤੇ ਲਈ ਜੀ ਔਰ ਸੰਜ ਅਨੈਲਸਿੰਗ ਖਾਲਸਾ ਪਿੰਡਾ ਵਾਲੇ ਦਾ ਰਤਬਾ ਉਹੀ ਹੋਏਗਾ ਜੋ ਕਾਇਦ ਆਜ਼ਮ ਮੁਹੰਮਦ ਅਲੀ ਜਨਾ ਦਾ ਕਿ ਬਾਪਾ-ਏ-ਕੌਮ ਜੀ ਫਾਦਰ ਆਫ ਨੇਸ਼ਨ ਜੀ ਫਾਦਰ ਤਾਂ ਸਾਡੇ ਗੁਰੂ ਗੋਬਿੰਦ ਸਿੰਘ ਨੇ ਪੰਥ ਦੇ ਪਰ ਜੇ ਅਸੀਂ ਅਜੋਕੇ ਈਡੀਐਮ ਚ ਗੱਲ ਕਰਨੀ ਹੋਏ ਤੇ ਇਹ ਉਹਨਾਂ ਦਾ ਰਤਬਾ ਹੋਏਗਾ ਸੋ ਇਹਨਾਂ ਦਾ ਸਰ ਹਰਸ਼ਿੰਦਰ ਸਿੰਘ ਤਨਵਾਜੀ ਦਾ ਬਹੁਤ ਬਹੁਤ ਧੰਨਵਾਦ ਕਿ ਉਹਨਾਂ ਨੇ ਬੜੇ ਪਿਆਰੇ ਸ਼ਬਦਾਂ ਦੇ ਨਾਲ ਨਵਾਜਣ ਵਾਲੇ ਸ਼ਬਦਾਂ ਦੇ ਨਾਲ ਜੀ ਇਸ ਨਾਚੀਜ਼ ਨੂੰ ਹੌਸਲਾ ਦਿੱਤੇ ਬਹੁਤ ਬਹੁਤ ਧੰਨਵਾਦ ਜੀ ਜੀ ਦਰਸ਼ਕਾ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਵੀਅਰਸ ਤੁਸੀਂ ਸਾਨੂੰ ਇਸ ਤਰ੍ਹਾਂ ਜੁੜੇ ਰਹਿਿਲਦੇ ਹਾਂ ਕਮਰਸ਼ੀਅਲ ਬ੍ਰੇਕ ਤੋਂ ਬਾਅਦ